कानूनी बिलां नूं रद्द करवाउण दे लई किसान दिल्ली सरहदां ते अंदोलन कर रहे ने। उत्थे ही कानूनी बिल रद्द करवाउण दा जनून इस कदर है कि किसान अपने वाहनां नूं वोटी दी तरह शिंगार रहे ने। इह असीं सारे ही जाणदे हां कि पंजाबी जुगाड़े हुंदे ने। जुगाड़ अते शौक दा पंजाबियां दे खून विच है। इस दे चलदे सर्दियां दे विच तंबू टेंट लगाए ने। उत्थे ही गर्मियां दा मौसम शुरू हुंदे ही किसानां ने अपनी ट्रालियां विच एसी तक फिट करवा ले ने। जेकर गल अमृतसर की कीती जावे तां लवप्रीत सिंह नामक नवजोत द्वारा 955 ट्रैक्टर दे मॉडल नूं मॉडिफाई करके गड्डी दा रूप दे दित्ता गया है। तुसी भी देखो एह खास तस्वीरां। ਆਪਣਾ ਨਾਮ ਦੱਸੋ ਜੀ। ਲਵਜੀਤ ਸਿੰਘ ਜੀ। ਕਿੱਥੇ ਰਹਿੰਦੇ ਭਾਜੀ? ਸੁਲਤਾਨਵਿੰਡ ਪਿੰਡ ਜੀ, ਆਪਣਾ ਅੰਮ੍ਰਿਤਸਰ ਜ਼ਿਲ੍ਹਾ ਜੀ। ਆ ਜਿਹੜਾ ਟਰੈਕਟਰ ਨੂੰ ਮੋਡੀਫਾਈ ਕੀਤਾ, ਕੀ ਵਜ੍ਹਾ ਜੀ ਇਹਦੀ? ਇਹਦੀ ਆਪਣਾ ਮੈਂ ਦਿੱਲੀ 'ਚੋਂ ਗਿਆ ਸੀ ਜੀ, ਤੋਂ 7 ਦਿਨ ਪਹਿਲਾਂ। ਤਾਂ ਉੱਥੇ ਮੈਂ ਵੇਖਿਆ ਜੀ, ਬਾਰਿਸ਼ ਦੇ ਕਾਰਨ ਨਾ ਜਿਵੇਂ ਲੀੜੇ ਕੱਪੜੇ ਨੌਜਵਾਨਾਂ ਦੇ ਬੜੀ ਛੇਤੀ ਗਿੱਲੇ ਹੋ ਜਾਂਦੇ, ਮੀਂਹ ਆਵੇ ਨਾ ਰਹਿਣ ਲਈ ਨਾ ਸਹਿਣ ਲਈ ਥੱਲੇ ਤਰਪਾਲਾਂ 'ਚ ਹੁੰਦੀਆਂ ਸੀ। ਉਹਦੇ ਧਿਆਨ 'ਚ ਰੱਖ ਕੇ ਜੀ ਇਹ ਟਰੈਕਟਰ ਤਿਆਰ ਕੀਤਾ ਮੈਂ। ਔਰ ਵਾਟਰਪਰੂਫ ਛੱਤ ਲੱਗੀ ਹੈ ਜੀ ਇਹਨੂੰ, ਜੀਪ ਦੀ ਗੱਡੀ ਦੀ, ਤੇ ਟਾਇਰ ਫੋਰਚੂਨਰ ਗੱਡੀ ਦੇ ਪਾਏ, ਜਿਹੜੇ ਖੱਡੇ ਖੁੱਡੇ ਵੀ ਹੋਣ ਮੈਂ ਇਹਨੂੰ ਕਵਰ ਕਰ ਸਕਾਂ। ਹੋਰ ਕਿਹੜੀ ਕਿਹੜੀ ਸੁਵਿਧਾ ਦਿੱਤੀ ਜੀ ਇਹਦੇ ਵਿੱਚ? ਕੈਮਰੇ ਲੱਗੇ ਆ ਜੀ, ਤੇ ਰਹਿਣ ਸਹਿਣ ਦੀਆਂ ਵਾਸਤੇ ਆ ਤੁਹਾਨੂੰ, ਬਾਕੀ ਪਤਾ ਹੀ ਹੈ ਕਿ ਜੇ ਗਰਮੀ ਲੱਗੇ ਜਿਪ ਫੋਲਡ ਹੋ ਜਾਂਦੇ ਸਾਰਾ ਤਾਂ ਨੂੰ, ਤੇ ਜੇ ਤੁਹਾਨੂੰ ਨਹੀਂ ਵੀ ਤਾਂ ਜੀ ਕਰਦਾ ਕਿ ਲਾਉਣਾ ਨਹੀਂ ਚਾਹੁੰਦੇ, ਥੱਲੇ ਵੀ ਲਾ ਆਪਾਂ ਤਾਰ ਸਕਦੇ ਹਾਂ ਜੀ, ਕੋਈ ਮੁਸ਼ਕਲ ਨਹੀਂ। ਏਸੀ ਲਾਇਆ? ਹਾਂਜੀ ਏਸੀ ਲੱਗਾ ਜੀ। ਏਸੀ ਕਿਵੇਂ ਕੰਮ ਕਰੇਗਾ ਸਾਰਾ ਜੀ? ਏਸੀ ਦਾ ਏਸੀ ਸਟਾਰਟਿੰਗ ਸਿਸਟਮ ਦੇ ਨਾਲ ਕਰੇਗਾ, ਜਿੱਦਾਂ ਗੱਡੀ ਦੇ ਵਿੱਚ ਆਨ ਆਫ ਹੁੰਦਾ ਉਸੇ ਤਰੀਕੇ ਦੇ ਨਾਲ ਚੱਲੇਗਾ। 5 ਬੰਦੇ ਬਹਿ ਜਾਂਦੇ ਆਰਾਮਦਾਰ। ਕਿੰਨਾ ਜੇ ਪੈਸੇ ਲਾਤੇ ਨੇ ਤੇ ਹੋਰ ਟਾਇਰ ਟੂਰ ਕਿਹੜੀ ਚੀਜ਼ ਦੇ ਪਾਏ ਨੇ? ਇਹ ਵੀਰ ਜੀ ਲਗਭਗ ਟਾਇਰ ਟੂਰ ਪਾ ਕੇ 1,00,000 ਰੁਪਇਆ ਲੱਗ ਗਿਆ ਜੀ ਇੱਥੇ, ਸਾਰਾ ਖਰਚਾ ਪਾ ਕੇ ਜਾਣੀ ਕਿ ਕੈਮਨ ਤਿਆਰ ਕਰਕੇ ਏਸੀ ਉਸੀ ਲਾ ਕੇ 1,00,000 ਰੁਪਇਆ ਲੱਗ ਗਿਆ ਜੀ। ਟਾਇਰ ਕਿਹੜੀ ਚੀਜ਼ ਦੇ? ਇਹ ਟਾਇਰ ਫੋਰਚੂਨਰ ਗੱਡੀ ਦੀ ਹੈ ਜੀ, ਰੀਜਨਲ ਸੀਡ ਫੋਰਚੂਨਰ ਦੀ, ਉਹ ਵੀ ਫੋਰਚੂਨਰ ਗੱਡੀ ਦੀ ਲਾਈ ਹੈ ਜੀ। ਪਰ ਕੀ ਕਹਿਣਾ ਚਾਹੋਗੇ ਕਿਸਾਨ ਜਿਹੜੇ ਨੇ ਇਹਨਾਂ ਧੰਨਾ ਪ੍ਰਸ਼ੰਗ ਕਰ ਰਹੇ ਨੇ, ਪਰ ਉੱਥੇ ਜਿਹੜਾ ਮੋਦੀ ਸਰਕਾਰ ਜਿਹੜੀ ਆ ਉਹ ਟਸ ਤਮਾਸੀ ਹੋ ਰਹੀ, ਬੇਰਾਦੀ ਕਰ ਰਹੀ। ਮੈਂ ਹਾਂ ਜੀ ਮਧੂ, ਆਪਣਾ ਇਹਨਾਂ ਨੂੰ ਮੰਨਣੇ ਪੈਣੇ ਜਿੱਦਾਂ ਮਰਜ਼ੀ ਜ਼ੋਰ ਲਾ ਲੇ, ਇਹ ਜਿਹੜੇ ਬਿੱਲ ਜਿਹੜੇ ਵਾਪਸ ਹੋਣਗੇ ਹੋਣਗੇ, ਜਿਹੜੀ ਮਰਜ਼ੀ ਸਕੀਮ ਲਾ ਲੇ ਇਹ ਬਿੱਲ ਵਾਪਸ ਕਰਾ ਕੇ ਛੱਡਾਂਗੇ। ਇਹਦੇ ਕਰਕੇ ਅਸੀਂ ਟਰੈਕਟਰ 'ਤੇ 1,00,000 ਲਾਏ, ਨਹੀਂ ਤਾਂ ਸਾਡੀ ਵੇਲਣੀ 'ਚ ਬਾਹਣੀ ਆ ਜੀ, ਇਹਦੇ ਕਰਕੇ ਲਾਏ ਸੀ ਗਵਰਨਮੈਂਟ ਦੇ ਕਰਕੇ ਹੀ। ਪਰ ਤੁਸੀਂ ਟਰੈਕਟਰ 'ਤੇ ਇੰਨਾ ਇਸ ਜੀ ਆ ਰਹੇ ਹੋ ਤਾਂ ਅੱਗੇ ਜਿਹੜੇ ਭਾਜਪਾ ਵਾਲੇ ਕਹਿੰਦੇ ਨੇ ਵੀ ਉਹ ਕਿਸਾਨ ਜਿਹੜੇ ਉੱਥੇ ਪਿਕਨਿਕ ਮਨਾਉਣ ਜਾ ਰਹੇ ਨੇ? ਮੈਂ ਹਾਂ ਜੀ, ਜੋ ਮਰਜ਼ੀ ਸਰਕਾਰ ਕਹੀ ਜਾਵੇ, ਸਰਕਾਰ ਦੇ ਸਾਡੇ ਅਸੀਂ ਆ, ਇਹਨਾਂ ਨੂੰ ਪਿਕਨਿਕ ਜਿਹੜੀ ਹੈ ਨਾ ਇਹਨਾਂ ਨੂੰ ਮਨਾ ਕੇ ਛੱਡਾਂਗੇ। ਜੇ ਕਹਿੰਦੇ ਨਾ ਪਿਕਨਿਕ ਮਨਾਉਣ ਆਏ ਆ, ਉਹਦੇ ਤਰੀਕਾ ਨੂੰ ਵਿਖਾ ਦਾਂਗੇ ਜੀ ਕਿੱਦਾਂ ਮਨਾਈ ਦੀ ਆ, ਕਿੱਦਾਂ ਬਿੱਲ ਵਾਪਸ ਕਰਾਉਣੇ ਆ। ਅਸੀਂ ਹੁਣ ਧਾਰ ਕੇ ਚੱਲੇ ਹਾਂ ਜੀ, ਅੱਗੇ ਅਸੀਂ ਵੇਖਦੇ ਹਾਂ ਕਿ ਚਲੋ ਕੋਈ ਨਹੀਂ, ਕਰਦੇ ਹੁਣ 200 ਬੰਦਾ ਸਾਰਾ ਸ਼ਹੀਦ ਹੋ ਗਿਆ, ਇਹ ਜ਼ਿੰਮੇਵਾਰ ਗੌਰਮੈਂਟ ਆ ਜੀ। ਜੇ ਉਦੋਂ ਦੇ ਆ ਬਿੱਲ ਮਾਫ ਕਰ ਦਿੰਦੀ ਤਾਂ ਅੱਜ ਸਾਡੇ ਉਹ ਬੰਦੇ ਨਹੀਂ ਸ਼ਹੀਦ ਹੋਣੇ। ਅੱਜ ਦੇ ਨਹੀਂ, ਜਿਹੜਾ ਵੀ ਸਮਰਥਨ ਜਾ ਰਿਹਾ ਕਿਸਾਨਾਂ ਦਾ, ਉਹਨਾਂ ਨੂੰ ਜ਼ਿਆਦਾ ਦਿੱਲੀ ਪੁਲਿਸ ਵੱਲੋਂ ਪਰਚੇ ਦਰਜ ਕੀਤੇ ਜਾ ਰਹੇ, ਤੁਹਾਨੂੰ ਡਰ ਨਹੀਂ ਆਉਂਦਾ? ਨਹੀਂ ਜੀ ਨਹੀਂ, ਡਰ ਡੂਰ ਕੋਈ ਨਹੀਂ ਜੀ, ਹੁਣ ਅਸੀਂ ਧਾਰ ਰਿਹਾ ਜੀ, ਕੋਈ ਸਾਨੂੰ ਡਰ ਵਾਲਾ ਕੰਮ ਹੀ ਕੋਈ ਨਹੀਂ। ਕਾਹਦਾ ਉਤਰਾ ਹੀ ਮਰਨਾ, ਉੱਦਾਂ ਇਹ ਇੱਥੋਂ ਖੋਣ ਹੋਣਗੇ ਜ਼ਮੀਨਾਂ, ਇੱਦਾਂ ਸਾਨੂੰ ਚੰਗਾ ਕਿ ਇਹਨਾਂ ਦਾ ਵਿਰੋਧ ਕਰਕੇ ਮਰੀਏ, ਕੋਈ ਸਾਨੂੰ ਕੋਈ ਤੰਗੀ ਨਹੀਂ ਹੈ ਜੀ।